ਜਿਹੜੇ ਰਾਜ ਦੀ ਅਸੀਂ ਗੱਲ ਕਰਦੇ ਹਾਂ, ਰਾਜ ਜ਼ਰੂਰੀ ਕਿਉਂ ਆ? ਸਵਾਲ ਬੜਾ ਨੌਜਵਾਨਾਂ ਦਾ ਬਾਰ ਬਾਰ ਉੱਭਰਦਾ ਵੀ ਰਾਜ ਦੀ ਕਿਉਂ ਜ਼ਰੂਰਤ ਹੈ। ਦੇਖੋ, ਵੈਸੇ ਤਾਂ ਜਿਹੜਾ ਇੱਕ ਮਨੁੱਖ ਹੈ ਜਿਹਦੇ ਅੰਦਰ ਸੋਝੀ ਹੈ, ਜਿਹਦੇ ਅੰਦਰ ਪਰਮਾਤਮਾ ਨੇ ਇੱਕ ਅਕਲ ਬਖਸ਼ੀ ਹੈ, ਉਹ ਆਜ਼ਾਦ ਹਸਤੀ ਦਾ ਮਾਲਕ ਹੈ। ਦੁਨੀਆ ਦੇ ਉੱਤੇ ਕੋਈ ਵੀ ਤਾਕਤ, ਕੋਈ ਵੀ ਰਾਜ ਕਿਸੇ ਦੂਜੇ ਮਨੁੱਖ ਨੂੰ ਗੁਲਾਮ ਨਹੀਂ ਬਣਾ ਸਕਦਾ। ਆਜ਼ਾਦੀ ਦਾ ਹੱਕ ਇੱਕ ਜਾਨਵਰ ਦਾ ਵੀ ਹੁੰਦਾ। ਜਾਨਵਰ ਪਿੰਜਰੇ 'ਚ ਕੈਦ ਹੋਵੇ, ਉਹਦੇ ਮਨ 'ਚ ਮਨਸ਼ਾ ਹੁੰਦੀ ਹੈ ਮੈਂ ਪਿੰਜਰੇ 'ਚੋਂ ਆਜ਼ਾਦ ਹੋ ਜਾਵਾਂ। ਸੋ ਉਹਦੀ ਇਸ ਮਨਸ਼ਾ ਨੂੰ ਦੀਪ ਦੀ ਬਾਈ ਦੀ ਗੱਲ ਖੁਣ ਕ੍ਰਿਮੀਨਲਾਈਜ਼ ਕਰ ਦੇਣਾ, ਭਾਵ ਉਹਨੂੰ ਜੁਰਮ ਬਣਾ ਕੇ ਪੇਸ਼ ਕਰਨਾ ਵੀ ਜਿਹੜੇ ਬੰਦੇ ਆਜ਼ਾਦੀ ਦੀ ਗੱਲ ਕਰਦੇ ਨੇ ਉਹ ਜੁਰਮ ਕਰ ਰਹੇ ਨੇ, ਉਹਨਾਂ ਦੀ ਗੱਲ ਚੰਗੀ ਨਹੀਂ। ਇਹ ਮਨਸ਼ਾ ਸਾਡੀ ਕੌਮ 'ਚ ਆ ਗਈ ਹੈ। ਸੋ ਨੌਜਵਾਨੋ, ਜਦੋਂ ਤੁਸੀਂ ਪੁੱਛਦੇ ਨੇ ਵੀ ਰਾਜ ਕਿਉਂ ਜ਼ਰੂਰੀ ਹੈ, ਬਾਕੀ ਬਹੁਤ ਗੱਲਾਂ ਇੱਥੇ ਦੱਸੀਆਂ ਜਾ ਸਕਦੀਆਂ, ਬੜੇ ਤਰਕ ਦਿੱਤੇ ਜਾ ਸਕਦੇ ਆ ਵੀ ਫਰਕ ਕਿੱਥੇ ਹੈ। ਸਾਡੇ ਲਈ ਕਾਨੂੰਨ ਅੱਡ ਹੈ, ਅੱਜ ਤੁਸੀਂ ਵਿਆਹ ਕਰਾਉਂਦੇ ਜੋ ਸਿੱਖ ਮੈਰਿਜ ਐਕਟ ਨਹੀਂ ਹੈਗਾ, ਆਨੰਦ ਮੈਰਿਜ ਐਕਟ ਨਹੀਂ ਹੈਗਾ, ਜਦੋਂ ਤੁਹਾਨੂੰ ਕੋਈ ਕਾਗਜ਼ ਪੱਤਰ ਚਾਹੀਦਾ ਵਿਆਹ ਵਾਸਤੇ ਤਾਂ ਉਹ ਹਿੰਦੂ ਮੈਰਿਜ ਐਕਟ ਦੇ ਅਧੀਨ ਤੁਹਾਡਾ ਵਿਆਹ ਰਜਿਸਟਰਡ ਹੁੰਦਾ ਸਾਡਾ ਸਾਰਿਆਂ ਦਾ। ਸੋ ਇਹ ਗੁਲਾਮੀ ਦੀ ਪ੍ਰਥਾ ਕਿ ਨਿਸ਼ਾਨੀ ਹੈ। ਸੰਵਿਧਾਨ ਇਹ ਕਹਿੰਦਾ ਹੈ ਵੀ ਸਿੱਖ ਕੇਸਾਧਾਰੀ ਹਿੰਦੂ ਹੈ। ਸੋ ਜਿਹੜਾ ਮੁਲਕ ਜਿਹਦੀ ਨੀਂਹ ਦੇ ਵਿੱਚ ਇਹ ਲਿਖਿਆ ਗਿਆ ਹੋਵੇ ਵੀ ਸਿੱਖ ਕੇਸਾਧਾਰੀ ਹਿੰਦੂ ਹੈ, ਉਸ ਮੁਲਕ ਦੇ ਵਿੱਚ ਅਸੀਂ ਆਜ਼ਾਦੀ ਕਿਉਂ ਮੰਗਦੇ ਹਾਂ, ਇਹ ਸਵਾਲ ਨਹੀਂ ਹੋਣਾ ਚਾਹੀਦਾ। ਬਹੁਤੇ ਸਵਾਲ ਸਾਨੂੰ ਇਸ ਗੱਲ 'ਤੇ ਹੁੰਦੇ ਆ, ਖੱਬੇ ਪੱਖੀ ਕਾਮਰੇਡ ਜਾਂ ਕਈ ਮਿਸ਼ਨਰੀ ਭਰਾ, ਕਈ ਦੂਜੇ ਤੀਜੇ ਬੰਦੇ ਸਾਨੂੰ ਸਵਾਲ ਕਰਦੇ ਨੇ ਵੀ ਖਾਲਿਸਤਾਨ ਬਣਾ ਕੇ ਤੁਸੀਂ ਕੀ ਕਰੋਗੇ, ਕਿਹੋ ਜਿਹਾ ਰਾਜ ਭਾਗ ਸਿਰਜੋਗੇ। ਪਹਿਲੀ ਗੱਲ, ਇਹ ਸਵਾਲ ਕਿਸੇ ਦਾ ਵੀ ਉਤੇਜਨ 'ਚ ਤੋਂ ਨਹੀਂ ਆਉਂਦਾ, ਇਹ ਈਰਖਾ 'ਚੋਂ ਸਵਾਲ ਨਿਕਲਿਆ। ਕੌਮ ਹੋਵੇ ਗੁਲਾਮ, ਮਾਰ ਪੈ ਰਹੀ ਹੋਵੇ, ਧੀਆਂ ਭੈਣਾਂ ਦੀ ਬੇਵਤੀ ਹੁੰਦੀ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੋਵੇ, ਤਾਂ ਕੋਈ ਸਾਨੂੰ ਇਹ ਸਵਾਲ ਕਰੇ ਵੀ ਤੁਸੀਂ ਰਾਜ ਕਿਹੋ ਜਿਹਾ ਦਿਓ? ਇਹ ਕਿੱਡਾ ਘਟੀਆ ਸਵਾਲ ਹੈ। ਪਿੰਜਰੇ 'ਚ ਕੋਈ ਸ਼ੇਰ ਬੈਠਾ ਹੋਵੇ, ਉਹਨੂੰ ਬਾਹਰ ਕੱਢਣ ਦੀ ਗੱਲ ਹੋਵੇ, ਤਾਂ ਉਹਨੂੰ ਬਾਹਰ ਕੱਢਣ ਤੋਂ ਸਵਾਲ ਇਹ ਕੀਤਾ ਜਾਵੇ ਪਹਿਲਾਂ ਵੀ ਤੂੰ ਜੰਗਲ 'ਚ ਕਿੱਥੇ ਜਾ ਕੇ ਰਾਜ ਕਰੇਂਗਾ? ਭਾਵ ਗੁਲਾਮੀ ਨੂੰ ਦੂਰ ਕਰਨਾ ਪਹਿਲੀ ਜਿਹੜੀ ਕੜੀ ਹੈ, ਰਾਜ ਕਿਵੇਂ ਦਾ ਕਰਨਾ ਕਿਵੇਂ ਦਾ ਨਹੀਂ ਕਰਨਾ ਇਹ ਸਾਡਾ ਦੱਸਣ ਦਾ ਫਰਜ਼ ਨਹੀਂ, ਪਰ ਜੇ ਫਿਰ ਵੀ ਕੋਈ ਸੁਣਨਾ ਚਾਹੁੰਦਾ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਅਸੀਂ ਉਹ ਰਾਜ ਕਰਨਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ, ਖਾਲਸੇ ਦਾ ਰਾਜ। ਜਿਸ ਰਾਜ ਦੀਆਂ ਗਵਾਹੀਆਂ ਅੱਜ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਸੀ ਉਦੋਂ ਸਟੇਜਾਂ 'ਤੇ ਦੇਖ ਕੇ ਵੀ ਰਾਜ ਬੜਾ ਵਧੀਆ ਸੀ, ਮੈਂ ਉੱਥੇ ਵੀ ਸਵਾਲ ਕੀਤਾ ਸੀ ਵੀ ਜੇ ਉਹ ਰਾਜ ਦੀਆਂ ਤੁਸੀਂ ਤਰੀਫਾਂ ਕਰ ਸਕਦੇ ਜੋ, ਜੇ ਉਸ ਰਾਜ ਦੇ ਪ੍ਰਤੀ ਤੁਸੀਂ ਇਹ ਕਹਿ ਸਕਦੇ ਵੀ ਉਹ ਜਿਹਾ ਰਾਜ ਸੰਸਾਰ 'ਤੇ ਹੋਇਆ ਨਹੀਂ, ਤਾਂ ਫਿਰ ਜਦੋਂ ਸਿੱਖ ਨੌਜਵਾਨ ਗੱਲ ਕਰਦੇ ਨੇ ਵੀ ਅਸੀਂ ਖਾਲਿਸਤਾਨ ਲੈਣਾ ਹੈ ਉਸੇ ਰਾਜ ਦੀ ਤਰਜ਼ 'ਤੇ ਲੈਣਾ ਹੈ, ਤਾਂ ਫਿਰ ਤੁਸੀਂ ਜੇਲ੍ਹਾਂ 'ਚ ਕੱਦ ਸੁੱਟਦੇ? ਇਸ ਗੱਲ ਦਾ ਜਵਾਬ ਉਹਨਾਂ ਨੂੰ ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ ਕੀ ਕੀਤਾ, ਇੱਕ ਪੋਲਿਸੀ ਬਣਾ ਲਈ ਹੈ। ਉਹ ਪੋਲਿਸੀ ਸਮਝਣ ਦੀ ਲੋੜ ਹੈ। ਉਹ ਪੋਲਿਸੀ ਇਹ ਹੈ ਵੀ ਸਾਰਾ ਹਿੰਦੂ ਇਕੱਠਾ ਹੋ ਕੇ ਕਹਿੰਦਾ ਵੀ ਗੁਰੂ ਸਾਡਾ ਵੀ ਗੁਰੂ ਹੈ। ਕਿਸੇ ਹਿੰਦੂ ਨੂੰ ਤੁਸੀਂ ਐਸੇ ਨੂੰ ਨਹੀਂ ਮਿਲੋਗੇ ਜਿਹੜਾ ਇਹ ਕਹੂਗਾ ਵੀ ਨਹੀਂ, ਗੁਰੂ ਸਾਡਾ ਗੁਰੂ ਨਹੀਂ ਹੈਗਾ। ਪਰ ਉਹਨਾਂ ਨੇ ਇਹ ਪੋਲਿਸੀ ਬਣਾ ਲਈ ਵੀ ਗੁਰੂ ਨੂੰ ਅਪਣਾ ਲਓ ਅਤੇ ਗੁਰੂ ਦੇ ਸਿੱਖਾਂ ਨੂੰ ਕੱਢ ਦਿਓ ਬਾਹਰ। ਜਿਹੜਾ ਸਿੱਖ ਗੁਰੂ ਦੇ ਰਾਹ 'ਤੇ ਤੁਰਦਾ ਉਹ ਉਹਨਾਂ ਨੂੰ ਪ੍ਰਵਾਨ ਨਹੀਂ, ਗੁਰੂ ਪ੍ਰਵਾਨ ਹੈ। ਜਿਹੜੇ ਵੀ ਰਾਹ ਆਜ਼ਾਦੀ ਵੱਲ ਨੂੰ ਜਾਂਦੇ ਨੇ ਸਾਰਿਆਂ 'ਚ ਅਸੀਂ ਸ਼ਾਮਿਲ ਹੋਣਾ, ਚਾਹੇ ਵੋਟਾਂ ਨੇ ਚਾਹੇ ਕੁਛ ਹੈ। ਜਿਹੜੀਆਂ ਧਿਰਾਂ ਆਜ਼ਾਦ ਰਾਜ ਦੀ ਗੱਲ ਕਰਕੇ ਤੁਹਾਡੇ ਕੋਲ ਵੋਟ ਮੰਗਣ ਆਉਂਦੀਆਂ ਉਹਨਾਂ ਨੂੰ ਵੋਟ ਵੀ ਪਾਉਣੀ ਹੈ। ਪਰ ਕਿਸੇ ਵੀ ਹੱਲ ਦੇ ਉੱਤੇ ਇੰਨਾ ਨਿਸ਼ਚਾ ਨਹੀਂ ਕਰ ਲੈਣਾ ਵੀ ਇਹੋ ਹੀ ਹੱਲ ਸਾਨੂੰ ਇੱਧਰ ਲੈ ਕੇ ਚੱਲੂਗਾ, ਕਿਉਂਕਿ ਗੁਲਾਮ ਕੌਮ ਹੋਵੇ, ਪਿੰਜਰੇ 'ਚ ਬੰਦ ਹੋਵੇ ਅਤੇ ਪਿੰਜਰਾ ਚਾਰੇ ਪਾਸਿਓਂ ਤੋੜਨ ਦਾ ਯਤਨ ਕਰਨਾ ਚਾਹੀਦਾ, ਕੋਈ ਇੱਕ ਪਾਸੇ ਨਹੀਂ ਲੱਗੇ ਰਹਿਣਾ ਚਾਹੀਦਾ, ਕਿਉਂਕਿ ਕਿਸੇ ਨਾ ਕਿਸੇ ਰਾਹ ਦੇ ਵਿੱਚੋਂ ਕੁਛ ਨਾ ਕੁਛ ਮਿਲੂਗਾ। ਪਰ ਇੱਕ ਗੱਲ ਸੱਚ ਹੈ, ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਇਹ ਰਾਜ ਕਿਸੇ ਨੇ ਨਹੀਂ ਦੇਣਾ ਅਤੇ ਲਹੂ ਡੋਲਣ ਤੋਂ ਬਿਨਾਂ ਰਾਜ ਮਿਲਣਾ ਨਹੀਂ। ਇਹ ਵੀ ਤੁਸੀਂ ਲਿਖ ਕੇ ਰੱਖ ਲਓ ਕਿਤੇ, ਜਿਹੜਾ ਬੰਦਾ ਤੁਹਾਨੂੰ ਆਣ ਕੇ ਇਹ ਕਹਿ ਜਾਂਦਾ ਵੀ ਮੈਂ ਜੀ ਬੰਦੇ ਦੇ ਚੀਜ਼ ਤੇ ਵੱਢ ਨਹੀਂ ਲੱਗਣ ਦੇਣਾ ਅਤੇ ਮੈਂ ਤੈਨੂੰ ਰਾਜ ਲੈ ਦੂੰਗਾ, ਉਹ ਝੂਠ ਬੋਲ ਰਿਹਾ। ਰਾਜ ਜਿੱਦਣ ਲੈਣਾ ਹੈ ਸਿਰਾਂ ਦੇ ਮੁੱਲ ਵੀ ਪੈਣੇ ਨੇ, ਸਿਰਾਂ ਦੇ ਮੁੱਲ ਪੈ ਕੇ ਬੰਦ ਬੰਦ ਵੀ ਕੱਟਿਆ ਜਾਣਾ ਹੈ, ਜਮੂਰਾਂ ਨਾਲ ਮਾਸ ਵੀ ਨੋਇਆ ਜਾਣਾ ਹੈ, ਧੀਆਂ ਪੁੱਤਾਂ ਦੇ ਕਲੇਜੇ ਵੀ ਮੂੰਹ 'ਚ ਪੈਣੇ ਨੇ ਅਤੇ ਮਾਵਾਂ ਨੂੰ ਆਪਣੇ ਪੁੱਤਰਾਂ ਦੇ ਹਾਰ ਆਂਦਰਾਂ ਦੇ ਗਲਾਂ 'ਚ ਪਵਾਉਣੇ ਪੈਣੇ ਨੇ, ਬੋਟੀ ਬੋਟੀ ਕਰਾ ਕੇ ਫਿਰ ਰਾਜ ਭਾਗ ਦੀ ਪ੍ਰਾਪਤੀ ਹੋਣੀ ਹੈ। ਕਿਉਂਕਿ ਰਾਜ ਭਾਗ ਰੁਕਿਆ ਕਿਉਂ ਹੈ? ਮਹਾਰਾਜ ਦੇ ਬਚਨ ਸਨ, ਜਬਲਗ ਖਾਲਸਾ ਰਹੇ ਨਿਆਰਾ ਤਬਲਗ ਤੇਜ ਦਿਉਂ ਮੈਂ ਸਾਰਾ, ਜਬਹਿ ਗਏ ਵਿਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਤੇ ਜਦੋਂ ਅਸੀਂ ਪੇਪਰ ਦੀ ਰੀਤ ਤੁਰੇ, ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਰਾਜ ਬਖਸ਼ਿਆ ਸੀ ਉਹ ਖੋਹ ਲਿਆ, ਅਤੇ ਵਾਪਸ ਕਿਵੇਂ ਮਿਲਣਾ? ਜਦੋਂ ਕੋਈ ਨਾਰਾਜ਼ ਹੋ ਜਾਵੇ ਸਾਡੇ ਤੋਂ, ਉਹਦੀ ਸੇਵਾ ਕਰੀਦੀ ਹੈ, ਉਹਨੂੰ ਮਨਾਈਦਾ, ਅਤੇ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੋਂ ਨਾਰਾਜ਼ ਹੋ ਗਏ ਨੇ ਤਾਂ ਇਹਨਾਂ ਦੀ ਸੇਵਾ ਕਿਵੇਂ ਕਰਨੀ ਹੈ?
इन्हां दी सेवा इस करके करनी है कि जदों प्रीख्या की है, मनुख की प्रीख्या यह है कि गुरु फिर कष्ट दिंदा है, तो जिहड़ा कष्ट नूं भाणे दे रूप च हस के जर लवे, जिहड़ा बंद बंद कटवा के भी गुरु की बाणी पढ़े, जिहड़ा बंद बंद कटवा के जिहड़ा खोपड़ियां लहा के भी गुरु दे नाल जुड़िया रहे, तो फिर गुरु उहदी निगाह सवली हो जाती है, गुरु का प्रेम जिहड़ा है गुरु मुड़ कौम नूं करन लग पैंदा है। सो आपां राज यह नहीं भी हिंदुस्तान की हुकूमत को मंगते हैं, असी राज किसी हुकूमत को नहीं मंगते, ना इन्हां को असी हक मंगते हैं, असी हक भी गुरु साहब को मंगते हैं, राज भी उन्हां को मंगते हैं, पर प्रीख्या गुरु ने इसे संसार च लेनी है। तो जे सिख डरदा मौत तो फिरे, जे सिख वड टुक तो डरदा फिरे, जे सिख जेलां तो डरदा फिरे, परचियां तो डरदा फिरे, तो फिर गुरु ने राज कदों देना? राज ते गुरु ने उस नूं बिठाउणा है, उदों बिठाउणा है जदों असी राज दे काबल बन गए। सो नौजवानों, बार बार मैं एक गल क्यों कहना है कि सानू गुरु घरे मुड़ना पैना। हिंदुस्तान की हुकूमत ने तहैया किया कि सिखां दे पुत्र सिखां अगे लगन ना। हिंदुस्तान की हुकूमत ने ऐसियां चालां खेडियां कि हिंदुस्तान दे विच रहिंदियां जिहड़े सिख सन उन वह अपने सरूप तो घिरना कर लग पे, उन्होंने अपने दाड़े नहीं चंगे लगते, अपनी दस्तारां नहीं चंगियां लगदियां। इस करके जदों एक हुकूमत साढ़े कोल साजिश के तहत कोई काम करा रही है, वह काम असी करना नहीं, असी उहदे उल्ट जाके वह काम करना है। बागियां का काम ही होंदा है, बागियां का काम यह होंदा है कि बागियां ने बगावत करनी है, तो बगावत करके गुरु के हुक्मां च चलना है। तो जे बागी जिहड़े ने जिहड़े अकाल पुरख के पुजारी है, केवल अकाली शब्द का अर्थ यह है कि केवल अकाल की पूजा करनी, किसी दुनियावी हुकूमत की, दुनियावी राज की, दुनियावी तख्त के अधीन नहीं चलना, सिर्फ अकाली बनना है, अकाल के पुजारी बनना है। तो जेड़े अकाली होण, बागी होण, वह हुकूमत दीआं गल्लां मन के हुकूमत दे प्रापोगड़े का शिकार हो के दाड़ियां मना लैण, केस कतल करा लैण, भरवटे बना लैण, दस्तारां ला देण, तो फिर तुसीं दसो भी असीं किहड़ा राज लैण दी गल करदे हां। सो राज सानूं चाहीदा, फिर गुरु के हुक्मां चलना पैणा। तो गुरु का हुक्म की है कि केसाधारी होना, शस्त्रधारी होना, शस्त्रधारी हो के गुरु के दर्शन आना करना, गुरु नूं अपना जीवन तन मन तन सब कुछ गुरु नूं दे देना। ये समझ लो भी ये पीढ़ी जिहड़ी साडी है ना, ये गुरु लिखे ही लगनी है। इस पीढ़ी ने कुछ नहीं करना, असी अपने माँ प्यो की सेवा तो कितने रह जाइए तो रह जाइए, असी अपने घर बार की सेवा तो रह जाइए तो रह जाइए, पक्का घर पा सकीए जां ना सकीए, पर यह काम सोच तहैया कर लो कि इस कौमी महल जिहड़ा है जिहदे पिछे इनियां शहादतां होईआं, जिहदी इट इट ते हजारां सिर लगे ने, उस महल नूं पक्कियां इस पीढ़ी ने करना। ये तहैया कर लो, तो मन दे विच यह सुपना रखो, अपने मन के विचार रखो कि जिन्ना चिर साडा घर नहीं बनता वह घर ये पुछते हैं राज किवें दा करोगे। तौल धर्म दया का पूत, दया का राज बेगमपुरा जिथे किसी गम नहीं, जिथे किसी धी भैन की पत लुटी नहीं जाती, तो जे कि ऐसी घटना वापरती है तो ऐसी मसाली सज़ा दी जाऊ भी अगे तो दुनिया के कोई यह ना कहूगा भी भाई ये काम हो गया, तो सरकार हुकूमत चुप करके बैठिया ने। जिथे राज धन धन श्री गुरु ग्रंथ साहिब महाराज की हजूरी च होगा, जिथे धर्म का कुंडा राजसी मनुख के उत्ते होगा, जिथे धर्म राजसी मनुख के पैरों च नहीं बैठा होगा। सो इस करके असी वो राज करन दी गल करते हैं, तो यह शर्म वाली गल नहीं जे कोई पुछे कि तुसी राज चाहते जो, तो डट के कहना भी असी चाहते हैं, तो इस तो कभी भी झकना नहीं, क्योंकि यह जिहड़ी हुकूमत है ये ना सोचो भी जे तुसीं कह दिता भी नहीं चाहते राज तो फिर असी वो छड़ देंगे। सानू उन्होंने दिल्ली के सिखां का कतलेआम किया, किहड़ा राज मंगते सी, उन्हां कोई राज नहीं सी मंगिया, बहुते सिख संतां दे विरोधी भी रहे उत्थे, पर जदों उन्होंने वेख्या भी सिख सिख ही है, उन्होंने उत्थे कतलेआम करना शुरू कर दिता। सो अज जदों मार पैनी है, मैनूं अगे भी मैं एक स्टेज तो बोलिया सी, मैं अज फिर कह दिंदा भी मैं ये नहीं कहिंदा भी तुसीं नशे छड्डदे हो तो तुहाडा जीवन असी बचा लैणा है, मैं तो सगों ये कहना भी तुसीं नशे छड्डो, क्योंकि मैं नहीं चाहुंदा भी तुसीं ते असीं रल के कोई नशे च मौत मरीए। असीं वड्डा नशा लाउणा नाम दा, आजादी दा नशा, मरना उत्थे भी है मरना इत्थे भी है, पर दोनों मौतों च बहुत वड्डा अंतर है। एक पासे मरीए तो संसार सजदे करदा, मड़ी दे उत्ते लोग आण के मड़ी दी राख चुके लै जांदे, जिवें दीप सिद्धू दी लैके गए, उहदी राख लोग घरां नूं लै गए अपने नूं भी उहदे च वी बड़ा बल है, बड़ी बख्शिश है। तो एक पासे को मर जाए उहदे भोग ते जाण लग्गिया लोग, बजुर्ग बंदा जांदा जवान कोई वड़दा ही उत्थे नहीं,
ਤੇ ਜਿਹੜੇ ਜਾਂਦੇ ਨੇ ਮੈਂ ਅੱਗੇ ਗੱਲ ਕੀਤੀ ਸੀ ਵੀ ਸਭ ਝੂਠ ਬੋਲੀ ਜਾਂਦੇ ਨੇ। ਸੋ ਦੋ ਤਰ੍ਹਾਂ ਦੀ ਮੌਤ ਹੈ, ਲੜ ਕੇ ਮੈਦਾਨ ਦੇ ਵਿੱਚ ਮਰਨਾ ਕੌਮੀ ਸੰਘਰਸ਼ ਕਰਦਿਆਂ, ਜਾਂ ਫਿਰ ਕਿਸੇ ਨਾਲੀ 'ਚ ਡਿੱਗ ਕੇ ਕਿਸੇ ਸੁੱਖੇ ਦੀ ਬੂਟੀ 'ਚ ਕਿਸੇ ਖੰਡਰ 'ਚ ਆਪਣੇ ਆਪ ਨੂੰ ਕੋਈ ਟੀਕਾ ਲਾ ਕੇ ਮਰ ਜਾਣਾ। ਦੋ ਤਰ੍ਹਾਂ ਦੀ ਮੌਤ ਹੈ, ਦੋਨਾਂ 'ਚ ਤੁਸੀਂ ਚੁਣਨੀ ਹੈ ਕਿਹੜੀ ਚੁਣਨੀ ਹੈ। ਮੇਰਾ ਨਾਂ ਤੇ ਇਹਨਾਂ ਮਾਵਾਂ ਨੂੰ ਕੋਈ ਦਾਵਾ ਹੈ ਜਿਨ੍ਹਾਂ ਦੇ ਪੁੱਤ ਨਸ਼ਿਆਂ 'ਚ ਲੱਗੇ ਨੇ ਵੀ ਤੁਹਾਡਾ ਪੁੱਤ ਉੱਧਰੋਂ ਬਚਾ ਕੇ ਤੇ ਸਾਰੀ ਉਮਰ 'ਚ ਤੁਹਾਡੀ ਸੇਵਾ ਕਰੂਗਾ? ਸੇਵਾ ਕਰਨੀ ਹੈ ਗੁਰੂ ਦੀ, ਅਤੇ ਗੁਰੂ ਦੀ ਸੇਵਾ ਕਰਦਿਆਂ ਜਦੋਂ ਕੋਈ ਐਸੇ ਹਾਲਾਤ ਬਣ ਜਾਣ ਵੀ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਤਾਂ ਫਿਰ ਸਿਰ ਦੇਣਾ ਹੀ ਇੱਕ ਹੱਲ ਬਣ ਜਾਂਦਾ। ਸੋ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ। 30 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਅਕਾਲ ਤਖਤ ਸਾਹਿਬ ਦੇ ਉੱਤੇ ਅੰਮ੍ਰਿਤਸਰ ਸਾਹਿਬ। ਜਿਹੜੇ ਮੁੰਡੇ ਇੱਥੇ ਦੁਆਲੇ ਬੰਨੇ ਨੇ ਸਿਰਾਂ 'ਤੇ ਪਰ ਦਾੜੀਆਂ ਨਹੀਂ ਰੱਖੀਆਂ, ਕੇਸ ਨਹੀਂ ਰੱਖੇ, ਜਿਨ੍ਹਾਂ ਰੁਮਾਲ ਬੰਨੇ ਨੇ, ਇਹ ਆਪਾਂ ਪਤਤ ਪੁਣਾ ਰਹਿਣ ਨਹੀਂ ਦੇਣਾ ਪੰਜਾਬ ਦੇ ਵਿੱਚ। ਇਹ ਇੱਥੇ ਪਤਤ ਬੰਦਾ ਲੱਭਣ ਲੱਗਿਆ ਜ਼ੋਰ ਲੱਗੇ, ਜਿਵੇਂ ਅੱਜ ਕੱਲ੍ਹ ਕੋਈ ਸਰਦਾਰ ਲੱਭਣ ਲੱਗਿਆ ਜ਼ੋਰ ਲੱਗਦਾ ਨਾ, ਸਾਡਾ ਹਕੂਮਤਾਂ ਨੂੰ ਲੱਗੇ ਵੀ ਇੱਥੇ ਲਹਿਰ ਚੱਲ ਰਹੀ ਹੈ ਅਤੇ ਹਰ ਸਿੱਖ, ਆਪਾਂ ਇਕੱਲਾ ਅੰਮ੍ਰਿਤ ਨਹੀਂ ਛਕਣਾ, ਅੰਮ੍ਰਿਤ ਛੱਕ ਕੇ ਅਤੇ ਆਪਾਂ ਹਕੂਮਤ ਨੂੰ ਇਹ ਵੀ ਦੱਸਣਾ ਵੀ ਇਹ ਖੰਡੇ ਦਾ ਅੰਮ੍ਰਿਤ ਛਕਿਆ, ਕਿਸੇ ਕੜਛੀ 'ਚੋਂ ਨਹੀਂ ਛਕਿਆ, ਖੰਡੇ ਦਾ ਅੰਮ੍ਰਿਤ ਛੱਕ ਕੇ ਸ਼ਸਤਰਧਾਰੀ ਹੋ ਕੇ ਹਕੂਮਤ ਨੂੰ ਇਹ ਦੱਸਣਾ ਵੀ ਆਜ਼ਾਦੀ ਤੋਂ ਬਿਨਾਂ ਅਸੀਂ ਕੋਈ ਸਮਝੌਤਾ ਨਹੀਂ ਕਰਨਾ।